ਕੋਲ ਪਹੁੰਚੇ ਸੀਗੇ ਜਿਨ੍ਹਾਂ ਨੇ ਆ ਕੇ ਇੱਥੇ ਗੱਲ ਕੀਤੀ ਹੈ ਕਿ ਜਿੰਨੇ ਦਿਨ ਅਸੀਂ ਇੱਥੇ ਰਹੇ ਹਾਂ ਉਸ ਸਮੇਂ ਦੇ ਦੌਰਾਨ ਭਾਰਤ ਸਰਕਾਰ ਵੱਲੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵੱਲੋਂ ਜੋ ਇਹਨਾਂ ਦੀ ਸੇਵਾ ਪਾਣੀ ਕੀਤੀ ਗਈ ਆ ਜੋ ਇਹਨਾਂ ਦੀ ਮਦਦ ਕੀਤੀ ਗਈ ਆ ਉਹਦਾ ਇਹ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਨੇ ਇੱਕ ਮੰਗ ਕੀਤੀ ਆ ਕਿ ਜਿਸ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਉੱਥੋਂ ਵੀ ਕਾਰੀਡੋਰ ਬਣਾਇਆ ਗਿਆ ਆ ਕਿ ਜਦੋਂ ਵੀ ਮਰਜ਼ੀ ਸਿੱਖ ਜਿਹੜੇ ਆ ਇੰਡੀਆ ਦੇ ਵਿੱਚੋਂ ਉੱਥੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾ ਸਕਦੇ ਆ ਸੋ ਉਸੇ ਦਰਜੇ ਦੇ ਉੱਪਰ ਇਹਨਾਂ ਦੀ ਮੰਗ ਆ ਭਾਰਤ ਸਰਕਾਰ ਦੇ ਕੋਲੋਂ ਕਿ ਭਾਈ ਸਾਨੂੰ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਕਾਰੀਡੋਰ ਜਿਹੜਾ ਹਾਂਜੀ ਭਾਰਤ ਸਰਕਾਰ ਕੋਲ ਅਸੀਂ ਇਹੀ ਬੇਨਤੀ ਕਰਾਂਗੇ ਕਿ ਜਿਸ ਤਰ੍ਹਾਂ ਅਸੀਂ ਲਾਂਘਾ ਖੋਲ੍ਹਿਆ ਆ ਪਾਕਿਸਤਾਨ ਦਾ ਜੀ ਭਾਰਤ ਸਰਕਾਰ ਦਾ ਦੋਨੋਂ ਸਰਕਾਰਾਂ ਨਾਲ ਉਹਦੇ ਵਿੱਚ ਬਹੁਤ ਬਹੁਤ ਧੰਨਵਾਦ ਕਿ ਉਹ ਲਾਂਘਾ ਖੁੱਲ੍ਹਿਆ ਕਰਤਾਰਪੁਰ ਸਾਹਿਬ ਦਾ ਅਸੀਂ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਸਾਡੇ ਪਾਕਿਸਤਾਨ ਦੇ ਸਿੱਖਾਂ ਦੀ ਇਹ ਪੁਰਜ਼ੋਰ ਅਪੀਲ ਆ ਮੋਦੀ ਸਾਹਿਬ ਅੱਗੇ ਅਤੇ ਇੱਥੇ ਦੀ ਕਮੇਟੀਆਂ ਅੱਗੇ ਕਿ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਇਸੇ ਤਰ੍ਹਾਂ ਅੰਮ੍ਰਿਤਸਰ ਦਾ ਲਾਂਘਾ ਖੁੱਲ੍ਹਿਆ ਜਾਵੇ। ਜਿਸ ਤਰ੍ਹਾਂ ਕਿ ਪਾਕਿਸਤਾਨ ਸਰਕਾਰ ਨੇ ਕੋਰੀਡੋਰ ਜਿਹੜਾ ਹੈ ਉਹ ਖੁੱਲ੍ਹਿਆ ਔਰ ਭਾਰਤ ਸਰਕਾਰ ਜਿਹੜੀ ਹੈ ਉਹ ਸਹਿਯੋਗ ਕੀਤਾ ਖੁੱਲ੍ਹਿਆ, ਪਰ ਇਸ ਵੇਲੇ ਸਿੱਖਾਂ ਨੂੰ $30 ਦੇਣੇ ਪੈਂਦੇ ਹਨ ਭਾਰਤ ਪਾਕਿਸਤਾਨ ਸਰਕਾਰ ਨੂੰ, ਫਿਰ ਜਿਹੜਾ ਉਹ ਸਿੱਖ ਉੱਥੇ ਜਾ ਕੇ ਦਰਸ਼ਨ ਮੇਲਾ ਕਰ ਸਕਦਾ ਹੈ। ਤੋ ਪਾਕਿਸਤਾਨ ਤੋਂ ਜਿਹੜਾ ਜਥਾ ਕੱਲ੍ਹ ਆਇਆ ਇਹ ਵਾਪਸ ਗਿਆ, ਉਹਨਾਂ ਨੇ ਵੀ ਕਿਹਾ ਕਿ ਅਸੀਂ $50 ਦੇਣ ਨੂੰ ਤਿਆਰ ਹੈ ਜੇ ਭਾਰਤ ਸਰਕਾਰ ਅੰਮ੍ਰਿਤਸਰ ਸ਼ਹਿਰ ਤੀਕਰ ਆਉਣ ਦਾ ਕੋਰੀਡੋਰ ਮਤਲਬ ਕਿ ਬਣਾ ਦੇਵੇ। ਸਾਡੀ ਜਿਹੜੀ ਮਤਲਬ ਕਿ ਸਿੱਖ ਸੰਗਤ ਹੈ ਪਾਕਿਸਤਾਨ ਦੀ ਉਹ $50 ਖਰਚਣ ਨੂੰ ਵੀ ਤਿਆਰ ਹੈ। ਜੇ ਤੁਹਾਡੀ ਕੱਲ੍ਹ ਨੂੰ ਮਤਲਬ ਕਿ ਸ਼੍ਰੋਮਣੀ ਕਮੇਟੀ ਤੁਹਾਡੇ ਕਬਜ਼ੇ 'ਚ ਆਉਂਦੀ ਹੈ, ਤੁਹਾਡਾ ਪ੍ਰਧਾਨ ਬਣਦਾ, ਤਾਂ ਫਿਰ ਤੁਸੀਂ ਕੀ ਇਹ ਜਿਹੜੀ ਮਤਲਬ ਕੋਰੀਡੋਰ ਅੰਮ੍ਰਿਤਸਰ 'ਚ ਖੋਲ੍ਹ ਸਕੋਗੇ? ਫਿਰ ਜਿਹੜੀ ਇਹ ਡਾਲਰ ਦੀ ਗੱਲ ਕਰਦੇ $50 ਜਾਂ ਇਹ ਜਿਹੜੀ ਸਿੱਖ ਕੌਮ ਆ ਇਹ ਪੈਸੇ ਨਹੀਂ ਲਏਗੀ। ਸਿੱਖ ਸੰਗਤ ਨੂੰ ਵੈਸੇ ਹੀ ਜਿਹੜੀ ਇਜਾਜ਼ਤ ਹੋਣੀ ਚਾਹੀਦੀ ਹੈ ਹਰ ਜਗ੍ਹਾ 'ਤੇ ਬਿਨਾਂ ਫੀਸ ਤੋਂ। ਇਹ ਵਪਾਰ ਜਿਹੜਾ ਇਹਨੇ ਬਾਦਲ ਸਾਹਿਬ ਬਾਰੇ ਕੀਤਾ ਵਾ ਅਸੀਂ ਨਹੀਂ ਕਰਨਾ ਚਾਹੁੰਦੇ, ਇਹੋ ਜਿਹਾ ਕਰਮ ਸਿੱਖ ਕੌਮ ਦੇ ਮਾਨ ਸਾਹਿਬ ਦੀ ਪਾਰਟੀ ਬਿਲਕੁਲ ਅੱਗੇ ਸ਼ੁਰੂ ਕਰ। ਜੀ ਜੀ, ਉਹ $50 ਲੈ ਰਹੀ ਆ, ਉਹ ਮਤਲਬ ਕਿ ਪਾਕਿਸਤਾਨ ਸਰਕਾਰ ਲੈ ਰਹੀ ਹੈ, ਅਤੇ ਉਹ ਚਾਹੁੰਦੇ ਨੇ ਕਿ ਅਸੀਂ ਭਾਰਤ ਸਰਕਾਰ ਨੂੰ $50 ਦੇਣ ਨੂੰ ਤਿਆਰ ਹਾਂ ਜੇ ਸਾਨੂੰ ਭਲੇ ਕੋਰੀਡੋਰ ਅੰਮ੍ਰਿਤਸਰ ਤੱਕ ਸਾਨੂੰ ਦਰਸ਼ਨ ਕਰਨ ਵਾਸਤੇ ਆਣ ਦੇਣ ਦੇ ਬਗੈਰ ਵੀ ਜੇ ਹੁਣ ਦਾ ਇਹ ਕਹਿਣਾ। ਮੈਂ ਸਮਝ ਗਿਆ ਗੱਲ ਸਾਡੀ ਕਿ ਉਹ ਪੈਸੇ ਦੇਣ ਨੂੰ ਤਿਆਰ ਆ ਪਰ ਇਹ ਖੋਲ੍ਹ ਨਹੀਂ ਰਹੇ। ਜੀ ਜੀ, ਅਗਰ ਅੱਜ ਜਮਹੂਰੀਅਤ ਢੰਗ ਦੇ ਨਾਲ ਇਹ ਚੀਜ਼ ਕਿਸੇ ਸਾਡੇ ਹੱਥ ਵਿੱਚ ਆਉਂਦੀ ਆ ਅਸੀਂ ਇਹਦੇ ਵਿੱਚ ਫਿਰ ਜੇ ਵਿਧਾਨ ਸਭਾ ਸਾਡੇ ਆਉਂਦੀ ਆ ਅਤੇ ਖਾਲਿਸਤਾਨ ਬਣੇਗਾ ਅਤੇ ਖਾਲਿਸਤਾਨ ਬਣੇਗਾ ਅਤੇ ਉਹ ਸਭਨਾਂ ਨੂੰ ਮਤਲਬ ਬਰਾਬਰ ਦਾ ਹੱਕ ਰਹੇਗਾ। ਇਹ ਨਹੀਂ ਆ ਵੀ ਇਹਨਾਂ ਨਾਲ ਵਿਤਕਰਾ ਸਿੱਖਾਂ ਨਾਲ ਹੋਰ ਹਿਸਾਬ ਦੀ ਗੱਲ, ਮੁਸਲਮਾਨਾਂ ਨਾਲ ਹੋਰ ਹਿਸਾਬ ਦੀ, ਹਿੰਦੂਆਂ ਨਾਲ, ਅਸੀਂ ਸਾਰਿਆਂ ਦੀ ਬਰਾਬਰਤਾ ਦੀ ਸਰਬੱਤ ਦੇ ਭਲੇ ਦੀ ਗੱਲ ਕਰਾਂਗੇ। ਜੀ ਜੀ ਜੀ, ਮਿਹਰਬਾਨੀ। ਇਹ ਸਾਨੂੰ ਮਤਲਬ ਕਿ ਕਰਤਾਰਪੁਰ ਸਾਹਿਬ ਔਰ ਇਹਨਾਂ ਨੇ ਦੱਸਿਆ ਕਿ ਜੇ ਸਾਡੀ ਸ਼੍ਰੋਮਣੀ ਕਮੇਟੀ ਦੇ ਉੱਤੇ ਜੇ ਸਾਡੀ ਪਾਰਟੀ ਦਾ ਮਤਲਬ ਕਿ ਸੇਵਾ ਮਿਲਦੀ ਹੈ ਤਾਂ ਇਹ ਜ਼ਰੂਰ ਮਤਲਬ ਕਿ ਜਿਹੜਾ ਕੋਰੀਡੋਰ ਹੈ ਅੰਮ੍ਰਿਤਸਰ ਇਹ ਜ਼ਰੂਰ ਖੋਲ੍ਹਾਂਗੇ ਪਾਕਿਸਤਾਨ ਸਿੱਖ ਧਰਮ ਵਾਸਤੇ।